ਮਾਈਕ ਠੀਕ ਹੈ ਜੀ? ਠੀਕ ਹੈ ਜੀ, ਠੀਕ ਹੈ। ਆਪਣਾ ਆਨ ਕਰ ਲਿਆ ਜੀ, ਪਿਛਲੀ ਵਾਰ ਬੰਦ ਇਹ ਆਨ ਹੈ, ਆਨ ਹੈ, ਆਨ ਹੈ। ਕਰ ਦਿਓ ਸਟਾਰਟ। ਲੈ ਵੀ 1 2 3 ਈ ਸਟਾਰਟ। ਅੱਛਾ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਕਟ ਆਫ ਫੁੱਲਾਂ ਦੀ। ਤੇ ਮੈਂ ਤੁਹਾਡਾ ਆਪਣਾ ਪ੍ਰੈਸ ਰਿਪੋਰਟਰ ਲੱਖਾ ਢਿੱਲੋਂ, ਜੋ ਕਿ ਅੱਜ ਦੱਸਣ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਆਉਣ ਕਰਕੇ ਕਿੰਨਾ ਨੁਕਸਾਨ ਹੋਇਆ ਹੈ। ਅੱਜ ਅਸੀਂ ਪਿੰਡ ਪਹੁੰਚੇ ਹਾਂ, ਪਿੰਡ ਹਰਲਾਲਪੁਰ ਦੇ ਵਿੱਚ। ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਮੈਂ ਇੱਦਾਂ ਵੀ ਸੁਣਿਆ ਹੈ ਕਿ ਇੱਥੇ ਪਹਿਲਾਂ ਨਦੀ ਹੋਇਆ ਕਰਦੀ ਸੀ, ਬਹੁਤ ਟਾਈਮ ਪਹਿਲਾਂ ਸੁੱਕ ਗਈ ਸੀ ਅਤੇ ਉਹ ਮੀਂਹ ਪੈਣ ਕਰਕੇ ਇਹ ਚੱਲ ਪਈ ਹੈ। ਅਤੇ ਤੁਹਾਨੂੰ ਇੱਕ ਹੋਰ ਹੈਰਾਨੀ ਕਰਨ ਵਾਲੀ ਮੈਂ ਚੀਜ਼ ਦਿਖਾਵਾਂ। ਅਤੇ ਦੇਖੋ ਇੱਧਰ, ਤੁਸੀਂ ਦੇਖ ਸਕਦੇ ਹਾਂ ਕਿ ਇੱਧਰ ਮਿੱਟੀ ਦਾ ਢੇਰ ਇੱਥੇ ਪਿਆ ਸੀ, ਉਹ 4-4, 5-5 ਫੁੱਟ ਇੱਧਰ ਆ ਗਿਆ ਹੈ। ਤੁਸੀਂ ਦਿਖਾ ਸਕਦੇ ਹੋ, ਦਿਖਾਓ, ਦੇਖੋ ਜੀ, ਦਿਖਾਓ ਸਰ ਜੀ। ਹਾਂਜੀ, ਉਹ ਲਾਗ ਵਾਲੇ ਪਿੰਡ 'ਚ ਜਿਹੜਾ ਮਗਰਮੱਛ ਨਹੀਂ ਤਾਂ ਆ ਗਿਆ ਜੀ? ਹਾਂ, ਆਪਾਂ ਐਂ ਕਰਦੇ, ਉਹ ਪਿੰਡ ਨੂੰ ਛੱਡ ਕੇ ਆਏ, ਪਿੰਡ 'ਚ ਗਏ ਨੇ ਵੀ ਆਹ ਪਿੰਡ 'ਚ ਮਗਰਮੱਛ ਆਇਆ ਤਾਂ ਇਹ ਵੀ ਠੀਕ, ਲੋਕਾਂ ਨੂੰ ਕਿਹੜਾ ਪਤਾ ਲੱਗਦਾ। ਓ ਹਾਂ, ਇਹ ਤਾਂ ਹੈ। ਚਲੋ ਜੀ, ਰੈਡੀ ਟੇਕ ਟੂ ਈ ਸਟਾਰਟ। ਹਾਂਜੀ ਦੋਸਤੋ, ਅਸੀਂ ਮੁੱਦੇ ਦੀ ਗੱਲ 'ਤੇ ਪਹੁੰਚੇ ਹਾਂ ਕਿ ਅਸੀਂ ਤੁਹਾਨੂੰ ਦੱਸਣਾ ਸੀ ਕਿ ਇਸ ਪਿੰਡ ਦੇ ਵਿੱਚ ਮਗਰਮੱਛ ਆ ਗਿਆ ਸੀ, ਜਿਸ ਕਰਕੇ ਲੋਕ ਡਰ ਗਏ ਸੀ ਅਤੇ ਉਹ ਆਪਣੇ ਘਰਾਂ ਦੇ ਵਿੱਚ ਵੜ ਗਏ ਅਤੇ ਹੁਣ ਤੱਕ ਨਿਕਲੇ ਹੀ ਨਹੀਂ। ਅਸੀਂ ਦੇਖੋ ਕਿੱਡੀ ਦਲੇਰੀ ਦੇ ਨਾਲ ਤੁਹਾਨੂੰ ਇੱਕ ਖਬਰ ਪੇਸ਼ ਕਰਨ ਵਾਸਤੇ, ਆਪਣੀ ਜਾਨ ਨੂੰ ਸੂਲੀ 'ਤੇ ਟੰਗ ਕੇ ਇੱਥੇ ਤੁਹਾਨੂੰ ਮਗਰਮੱਛ ਦਿਖਾਉਣ ਵਾਸਤੇ ਆਏ ਹਾਂ। ਦਰਸ਼ਕੋ, ਖਬਰਾਂ ਦਿੰਦੇ ਸਾਨੂੰ ਇੱਕ ਖਿਆਲ ਆਇਆ ਕਿ ਅਸੀਂ ਬਿਨਾਂ ਪਰਮਿਸ਼ਨ 'ਤੇ ਹੀ ਇਸ ਪਿੰਡ ਦੇ ਵਿੱਚ ਖਾਸੀਆਂ ਖਬਰਾਂ ਦੇ ਦਿੱਤੀਆਂ, ਜਿਸ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਜੁਰਮਾਨਾ ਦੇਣਾ ਪੈ ਸਕਦਾ ਹੈ ਅਤੇ ਇਸ ਕਰਕੇ ਜੁੱਤੇ ਵੀ ਪੈ ਸਕਦੇ ਹਾਂ। ਸਾਨੂੰ ਪਰਮਿਸ਼ਨ ਲੈਣੀ ਚਾਹੀਦੀ ਹੈ। ਹੈਲੋ ਬਾਈ ਜੀ, ਰੁਕੋ ਜੀ, ਇਸੇ ਪਿੰਡ ਦੇ ਆ ਜੀ ਤੁਸੀਂ? ਹਾਂਜੀ। ਇੱਥੋਂ ਕਿੱਥੋਂ ਆਏ ਜੀ ਤੁਸੀਂ? ਹੁਣ ਖੇਤਾਂ 'ਚ ਤਾਂ ਆਏ ਤੇ ਬਾਈ। ਅੱਛਾ ਬਾਈ ਜੀ, ਆਪਾਂ ਖਬਰਾਂ ਲੈ ਸਕਦੇ ਹਾਂ? ਖਬਰਾਂ ਦੇ ਵਿੱਚ ਖਬਰਾਂ ਲਓ, ਜਿੰਨੀਆਂ ਮਰਜ਼ੀ ਲਓ ਜੀ। ਅੱਛਾ ਜੀ, ਅਤੇ ਕੈਮਰਾ ਜੀ? ਉਹ ਇਹ ਕੈਮਰਾ ਜੀ ਆਪਣਾ, ਠੀਕ ਹੈ ਜੀ। ਬਾਈ ਜੀ, ਪੁੱਛਣਾ ਸੀਗਾ ਅਸੀਂ ਨੇ ਕਿ ਬਾਈ ਇਸ ਪਿੰਡ ਦੇ ਵਿੱਚ ਕੀ ਸੱਚੀ ਉਹ ਮਗਰਮੱਛ ਆਇਆ? ਮਗਰਮੱਛ ਆਇਆ ਤਾਂ ਫੜ ਕੇ ਉਹਦਾ ਤਲਤਾ ਪਿੰਡ ਵਾਲਿਆਂ ਨੇ। ਤਲਤੀ ਜੀ? ਲੈ ਹੋਰ ਕਿਆ, ਬਗਾਨੇ ਪੁੱਤ ਮੋਟਰ ਤਾਂ ਉਹਨਾਂ ਨੂੰ ਮਿੰਟ ਲਾਉਂਦੇ ਹੈ। ਅੱਛਾ ਬਾਈ ਜੀ, ਪੱਲੀ ਚਮੜੀ ਦੇੜ ਕੇ ਉਹਦਾ ਮਿੰਟਵਾ ਮਾਰਤਾ? ਅੱਛਾ, ਹੋਰ ਤੇ ਬਾਈ ਜੀ, ਤੁਸੀਂ ਇਸ ਪਿੰਡ ਦੇ ਕਿਆ ਚੀਜ਼ ਹੈ? ਮੈਂ ਸਰਪੰਚ ਹਾਂ ਇਸ ਪਿੰਡ ਦਾ। ਬਾਈ ਜੀ, ਅਸੀਂ ਤੁਹਾਡੇ ਕੋਲੇ ਆਉਣਾ ਤਾਂ ਲੈ, ਤੁਸੀਂ ਉਹ ਸਾਡੇ ਕੋਲ ਆ ਗਏ। ਬਾਈ ਐ ਸਾਨੂੰ ਜਿਹੜਾ ਯਾਦ ਕਰਦਾ ਸੀ ਮਿੰਟਵਾ ਪਹੁੰਚ ਜੀਦਾ ਏ। ਬਾਈ ਜੀ, ਬਹੁਤ ਵਧੀਆ ਕਰਿਆ ਜੀ। ਬਾਈ ਜੀ, ਇੱਕ ਮੈਂ ਹੋਰ ਗੱਲ ਪੁੱਛੀ ਤੀ ਕਿ ਬਾਈ ਇਸ ਪਿੰਡ ਦੇ ਵਿੱਚੋਂ ਗੱਲ ਸੱਚੀ ਹੈ ਕਿ ਬਾਈ ਕੱਛੂ ਡੱਡੂ ਸਪੋਲੀਏ ਸੱਪ ਗਿਆ? ਜਦ ਮੈਂ ਕਹਿੰਦਾ ਹੜਾ ਏ ਤੇ ਕਛੂਏ ਗੋਆ ਨਿਓਲੇ ਸਪੇਰੀਏ ਪੂਰੇ ਬਹੁਤ ਤੈਰਦੇ ਤੁਰੇ, ਉਹ ਉੱਥੇ ਤੇ ਆ ਗਏ ਤੇ ਉੱਧਰ ਤੇ। ਅੱਛਾ ਜੀ, ਲੈ ਹੋਰ ਕਿਆ, ਕੰਮ ਕਰੋ ਜੀ, ਕੈਮਰਾਮੈਨ ਉੱਧਰ ਦਿਖਾਓ ਜੀ ਵੀ ਉੱਥੇ ਉੱਥੇ ਬਈ ਇੰਨਾ ਜ਼ਿਆਦਾ ਕੱਠੇ ਕੱਟ ਗਿਆ, ਉਰ ਤਾਂ ਲੋਕ ਬਈਏ ਤਾਂ ਐ ਸਾਲੇ ਰੁੜ ਕੇ ਗਏ ਐ ਨਦੀਆਂ ਚ ਨੂੰ, ਬਹੁਤ ਹੜ ਆਇਆ ਤਾਂ ਉਰ ਤਾਂ ਨੁਕਸਾਨ ਬੇਅੰਤਾਂ ਦਾ ਹੋਇਆ। ਅੱਛਾ ਜੀ, ਹਾਂ ਤੇ ਬਹੁਤ ਹੋਇਆ, ਲੋਕਾਂ ਦੇ ਖੇਤਾਂ ਦੇ ਵਿੱਚ ਤਾਂ ਫੁੱਟ ਫੁੱਟ ਰੇਤਾ ਆ ਗਿਆ। ਅੱਛਾ, ਜਿਹੜਾ ਅੱਜ ਲੱਖਾਂ ਦੇ ਵਿੱਚ ਵਿਕ ਰਿਹਾ। ਅੱਛਾ, ਤੇ ਸਰਪੰਚ ਸਾਹਿਬ, ਤੁਸੀਂ ਇੱਧਰ ਤੇ ਕਿਆ ਕਰਕੇ ਆ ਰਹੇ ਹੋ ਹੁਣ? ਮੈਂ ਖੇਤਾਂ ਮਤੇ ਆਇਆ ਤਾਂ। ਅੱਛਾ, ਮੈਂ ਵੀ ਦੇਖਣ ਗਿਆ ਤਾਂ ਵੀ ਗੋ ਗੂ ਤਾਂ ਨਹੀਂ ਹੈਗੀ ਸਾਲੀ ਕੋਈ। ਗੋ? ਹਾਂ, ਉਹ ਕਿਆ ਕਰਨੀ ਤੁਸੀਂ ਨੇ? ਮੈਨੂੰ ਕਿਆ ਪਤਾ, ਫੇਰ ਪਕਾ ਲੈਣੀ ਹੈ। ਸਰਪੰਚ ਸਾਹਿਬ, ਗੁੱਸਾ ਨਾ ਜੀ ਵੈਸੇ ਕਰਿਓ, ਤੁਸੀਂ ਸਰਪੰਚ ਘੱਟ ਬੰਗਾਲਾ ਵੱਧ ਲੱਗਦੇ ਆ ਜੀ ਮੈਨੂੰ। ਬੰਗਾਲੇ ਬੰਗੂਲੇ ਨਹੀਂ, ਪਿੰਡ ਮਾ ਜਾ ਕੇ ਪੁੱਛ ਤੂੰ, ਇਹ ਬੰਦਿਆਂ ਦਾ ਪਿੰਡ ਨਹੀਂ ਹੈਗਾ, ਇਹ ਬੰਦੇ ਨੂੰ ਤਲ ਕੇ ਖਾ ਜਾਂਦੇ ਆ, ਹੱਦ ਹੈ ਤੇਰੇ ਵਾਲੀ। ਅੱਛਾ ਜੀ, ਬਚਾਓ ਕੇ ਜਾਇਓ ਅੰਦਰ, ਹੋਈ ਨਾ ਲੰਘ ਜਿਓ ਮੇਰੇ ਤੇ, ਜਿਹੜਾ ਤੁਸੀਂ ਸਵਾਲ ਜਵਾਬ ਕਰਨਾ ਕਰ ਲਓ, ਅੰਦਰ ਤਾਂ ਬਹੁਤ ਤੁਹਾਨੂੰ ਨਹੀਂ ਪਤਾ। ਅੱਛਾ ਜੀ, ਪਰੇ ਤੇ ਪਰਾਂ ਬੈਠਾ ਏ। ਅੱਛਾ, ਹਾਂ ਆਪਣਾ ਧਿਆਨ ਨਾਲ ਜਾਇਓ ਬਾਈ। ਅੱਛਾ, ਹਾਂ ਤੇਰੇ ਪਰ ਵੱਧ ਫਿਰੂਗੀ, ਕੈਮਰੇ ਵਾਲੇ ਨੇ ਤਾਂ ਕੈਮਰਾ ਛੱਡ ਕੇ ਵੀ ਦੌੜ ਜਾਣਾ। ਠੀਕ ਹੈ ਜੀ। ਸਰਪੰਚ ਸਾਹਿਬ, ਇੱਕ ਹੋਰ ਗੱਲ ਪੁੱਛਣੀ ਸੀਗੀ ਤੁਹਾਨੂੰ। ਪੁੱਛੋ, ਜਿੱਦਾਂ ਹੜ ਪਏ ਆ, ਲੋਕਾਂ ਦਾ ਇੰਨਾ ਨੁਕਸਾਨ ਹੋਇਆ, ਤੁਸੀਂ ਨੇ ਕੋਈ ਦਾਨ ਪੁੰਨ ਵੀ ਕਰਿਆ ਜੀ? ਬਹੁਤ ਡੋਨੇਟ ਕਰੀ ਮੈਂ ਤਾਂ। ਅੱਛਾ ਜੀ, ਕਰੋੜਾਂ ਰੁਪਏ ਦੀ ਤਾਂ ਡੋਨੇਟ ਕਰਤੀ ਮੈਂ ਅਲੱਗ ਅਲੱਗ ਪਿੰਡਾਂ ਦੇ ਵਿੱਚ। ਅੱਛਾ ਜੀ, ਹਾਂ ਤੈਨੂੰ ਨਹੀਂ ਪਤਾ ਮੇਰੇ ਸ਼ਿਪ ਜਹਾਜ਼ ਚੱਲਦੇ ਆ ਬਾਹਰਲੇ ਦੇਸ਼ਾਂ 'ਚ। ਅੱਛਾ ਜੀ, 2-3 ਸ਼ਿਪ ਜਹਾਜ਼ ਤਾਂ ਅਸੀਂ ਉਰੇ ਲੈ ਕੇ ਆਏ ਵੇ ਤੇ। ਅੱਛਾ ਜੀ, ਹਾਂ ਬੜੇ ਬੜੇ ਸ਼ਿਪ ਜਹਾਜ਼ ਉਰ ਤਾਂ ਇੰਨਾ ਫੁੱਟ ਫੁੱਟ 10-10 ਫੁੱਟ ਪਾਣੀ ਕੱਢਦੇ, ਉੱਪਰ ਸ਼ਿਪ ਜਹਾਜ਼ ਚੱਲਦੇ ਤੇ ਸਾਡੇ ਪਿੰਡਾਂ ਦੇ ਵਿੱਚ। ਅੱਛਾ ਜੀ, ਹੋਰ ਕਿਹਾ, ਤੇ ਮੈਂ ਪੁੱਛਣਾ ਚਾਹੁੰਦਾ ਜੀ ਉਹ ਸ਼ਿਪ ਜਹਾਜ਼ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ? ਨਹੀਂ ਨਹੀਂ ਬਾਈ, ਉਹ ਤਾਂ ਦਰਸ਼ਨ ਬਹੁਤ ਮਹਿੰਗੇ ਆ ਉਹਦੇ, ਉਹ ਤਾਂ ਫੇਰ ਭੇਜਤੇ ਅਸੀਂ ਡਬਈ। ਓਕੇ, ਠੀਕ ਹੈ। ਹੁਣ ਬੁਰਜ ਖਲੀਫਾ ਡੁੱਬਿਆ ਵਾਏ। ਅੱਛਾ ਜੀ, ਉੱਥੇ ਸ਼ਿਪ ਜਹਾਜ਼ ਚੱਲਦੇ ਆ ਸਾਡੇ। ਕੈਮਰਾਮੈਨ, ਇਸ ਪਿੰਡ ਤੋਂ ਬਾਅਦ ਆਪਾਂ ਡਬਈ ਚੱਲਦੇ ਹਾਂ। ਹਾਂ ਡਬਈ, ਤੁਹਾਨੂੰ ਲੈ ਕੇ ਨਹੀਂ ਜਾਣਾ ਕਿਸੇ ਨੇ ਜੀ ਉੱਥੇ। ਉਹ ਕੋਈ ਗੱਲ ਨਹੀਂ ਜੀ, ਉਹ ਅਸੀਂ ਲੰਘ ਜਾਵਾਂਗੇ। ਹਾਂ ਜੀ, ਅਗਲਾ ਸਵਾਲ ਪੁੱਛੋ ਜੀ। ਸਰਪੰਚ ਸਾਹਿਬ, ਇੱਕ ਅਸੀਂ ਨੇ ਹੋਰ ਗੱਲ ਪੁੱਛਣੀ ਸੀ ਕਿ ਬਈ ਤੁਹਾਡਾ ਕਾਰੋਬਾਰ ਕੀ ਹੈ ਬਈ? ਤੁਸੀਂ ਨੇ 1 ਕਰੋੜ ਰੁਪਈਆ ਕਾਰੋਬਾਰ ਸਾਡਾ ਹੀ ਆ ਜੀ, ਸਾਡੇ 70-72 ਦੇ ਸ਼ਿਪ ਜਹਾਜ਼ ਆਈ, ਬੜੇ ਬੜੇ ਜਿਹੜੇ ਹੁੰਦੇ ਆ ਕਿਲੋ ਕਿਲੋਮੀਟਰ ਦੇ। ਅੱਛਾ ਜੀ, ਹਾਂ 1.5-1.5 ਕਰੋੜ ਰੁਪਏ ਮਹੀਨੇ ਦਾ ਕਮਾ ਕੇ ਲਿਆਉਂਦੇ ਆ, ਉਹ ਲਾ ਲਓ ਹਿਸਾਬ, ਹੁਣ ਕਰ ਲਓ ਗੁਣਾ। ਅੱਛਾ ਜੀ,
खाने पीने की कोई कसर छड़ी नहीं थी है। हाँ जी, थैलियां थैले सब्जियां ने भर के सीटे जी। अच्छा जी। हाँ, ट्रालियां साडियां कणकां दीआं गईआं। मैं तुहानू दस दवां जी, ट्रैक्टर फुट फुट डुब डुब जांदा था जी साडा। अच्छा जी। हाँ, ट्रैक्टर भी असीं शिप जहाज च चलाए आ फिर। ठीक है जी। ठीक है जी। फोन भी बंडे आ जिहड़े जरूरीमंद ते। चलो ठीक है सरपंच साहब, सानू ना जी काम है थोड़ा जरूरी जी। कईआं दा ऑनलाइन काम हुंदा, फोन भी डुब गए ते असीं बहुत कुछ बंडे आ, पुछो ना जी। कैमरामैन चक्करे पा लिया था आपने सरपंच नूं रोक के, इहदा स्यापा गल पै गया था अपने, इन्नी गप झागे झग छड़ती इन्हें तो मार के। चलो कोई गल नहीं, खैर छड्डो, असी मेन खबरां ते पहुँचदे आ, मिलदे आ ब्रेक तो बाद। ਉਹ ਭਰਾਵਾ ਗਲੇ ਪਾ ਲਿਆ ਤਾਂ ਆਪਾਂ ਨੇ ਤਾਂ ਸਰਪੰਚ ਨੂੰ ਰੋਕ ਕੇ। ਹੋਰ ਗਿਆ, ਮੈਂ ਤਾਂ ਗੱਪਾਂ ਹੀ ਲੱਗੀਆਂ। ਬਹਿ ਜਾ ਇੱਥੇ ਦਮ ਲੈ ਲੈਂਦੇ ਆਪਾਂ ਦੋ ਘੜੀ। ਹੁਣ ਸਾਲੀ ਸਮਝ ਨਹੀਂ ਲੱਗਦੀ ਹੈਗੀ, ਇਹ ਸੱਚੀ ਓ ਇੰਨਾ ਅਮੀਰ ਹੈ? ਇਹ ਸੱਚੀ ਇੰਨਾ ਅਮੀਰ ਤਾਂ ਜੇ ਇਹ ਸਾਲਾ ਝੱਗ ਛੱਡ ਕੇ ਗਿਆ ਆਪਣੇ ਕੋਲ। ਇਹ ਛੱਡੀ ਦਾ ਝੱਗ ਹੈ, ਛਿਪ ਜਹਾਜ਼ ਉਰੇ ਲੱਗ ਜੂੰਗਾ, ਉੱਥੇ 1-1 ਕਿਲੋਮੀਟਰ ਵਾਲੇ ਆ ਜੂੰਗਾ। ਸਰਪੰਚ ਕਰੀ ਕਿਆ ਜਾਂਦਾ ਇਹ? ਮੈਨੂੰ ਲੱਗਦਾ ਸਕੂਟਰੀ ਬੰਦ ਹੋ ਗਈ ਇਹਦੀ। ਹਾਂ ਹੈ ਨਾ, ਲੈ ਇੰਨਾ ਅਮੀਰ ਆ ਫਿਰ ਸਕੂਟੀ ਕਿਉਂ ਚੱਕੀ ਫਿਰਦਾ ਤਾ? ਬੁਲਾ ਲੂਗਾ ਹੈਲੀ ਹੈਲੀਕਾਪਟਰ, ਕੰਮ ਕਰਦੇ ਆ ਜਾ ਆਉਂਦੇ ਹਾਂ, ਆਪਾਂ ਨੂੰ ਕਹਿ ਆਪਣੀ ਨਿਊਜ਼ ਬਣ ਜੂਗੀ, ਗੱਲਬਾਤ ਕਰ ਲੂਗੇ ਵੀ ਪਿੰਡ ਦੇ ਅਮੀਰ ਸਰਪੰਚ ਨੇ ਸਕੂਟਰੀ ਖਰਾਬ ਹੋ ਗਈ। ਹਾਂ, ਆਪਾਂ ਆਪਣਾ ਕੰਟੈਂਟ ਲੱਭ ਗਿਆ ਆਪਾਂ ਨੂੰ। ਚੱਲ ਆ ਜਾ ਕੇ ਜੀ। ਸਰਪੰਚ ਸਾਹਿਬ, ਕਿਆ ਗੱਲ ਹੋ ਗਈ ਜੀ? ਕਾਹਨੂੰ? ਹਾਂਜੀ, ਉਹ ਮੈਂ ਆਪਣੇ ਨੌਕਰ ਨੂੰ ਭੇਜਿਆ ਤੇਲ ਪਵਾਉਣ। ਅੱਛਾ ਜੀ। ਉਹ 160 ਰੁਪਏ ਲੀਟਰ ਤੇਲ ਪੈਂਦਾ ਇਹ 'ਚ। ਅੱਛਾ ਜੀ। 80 ਰੁਪਏ ਲੀਟਰ ਵਾਲਾ ਤੇਲ ਪਵਾ ਰਿਹਾ, ਸਕੂਟਰੀ ਬੰਦ ਹੋ ਗਈ। ਅੱਛਾ, ਹੁਣ ਬਸ ਸਟਾਰਟ ਕਰਦੇ ਨਹੀਂ ਜੀ ਹੋ ਰਹੀ? 160 ਰੁਪਏ ਵਾਲਾ ਪੈਂਦਾ, ਜ਼ਿਆਦਾ 80 ਰੁਪਏ ਵਾਲਾ ਪੈ ਜੂਗਾ ਬੰਦ ਹੋਊਗੀ, ਹੋਰ ਕਿਹੜਾ ਸਹੀ ਚੱਲੂਗੀ। ਅੱਛਾ ਜੀ। ਸਰਪੰਚ ਸਾਹਿਬ, ਅਸੀਂ ਕਰ ਦਈਏ ਹੈਲਪ ਤੁਹਾਡੀ? ਨਾ ਨਾ, ਮੇਰਾ ਤਾਂ 1000 ਰੁਤਬਾ, ਮੈਂ ਤਾਂ 1 ਦਿਨ ਵਰਤਦਾ ਚੀਜ਼ ਨੂੰ, ਆਹ ਛੱਡ ਕੇ ਚੱਲਿਆ ਹੁਣ, ਲੈ ਜਿਓ ਆਪਣੀ ਨੌਕਰ ਨੂੰ ਫੋਨ ਕਰ ਦੇਣਾ, ਹੈਲੀਕਾਪਟਰ ਖੜਾ ਮੇਰਾ ਅੱਗੇ। ਅੱਛਾ ਜੀ। ਦੇਖੋ ਦਰਸ਼ਕੋ, ਇੱਧਰ ਨੂੰ ਕੈਮਰਾਮੈਨ, ਦੇਖੋ ਦਰਸ਼ਕੋ, ਤੁਸੀਂ ਨੇ ਸਭ ਨੇ ਦੇਖਿਆ ਹੀ ਹੈ ਕਿ ਇਸ ਪਿੰਡ ਦੇ ਸਰਪੰਚ 'ਤੇ ਕਿੰਨੀ ਜ਼ਿਆਦਾ ਜਾਇਦਾਦ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਅਤੇ ਕਿੰਨੀ ਜ਼ਿਆਦਾ ਰਕਮ ਚੱਕੀ ਫਿਰਦਾ ਹੈ। ਹੁਣ ਤੁਸੀਂ ਦੇਖੋ ਕਿ ਉਹ ਆਪਣੀ ਸਕੂਟਰੀ ਛੱਡ ਕੇ ਹੀ ਚੱਲੇ ਗਿਆ ਹੈ, ਉਹ ਕਹਿ ਰਿਹਾ ਕਿ ਮੇਰਾ ਅੱਗੇ ਹੈਲੀਕਾਪਟਰ ਖੜ੍ਹਾ ਹੈ, ਅਤੇ ਹੁਣ ਆਪਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਸ ਪਿੰਡ ਦੇ ਲੋਕ ਕਿੰਨੇ ਜ਼ਿਆਦਾ ਅਮੀਰ ਹੋਣਗੇ ਅਤੇ ਇਹ ਸਰਪੰਚ ਕਿੰਨਾ ਜ਼ਿਆਦਾ ਅਮੀਰ ਹੈ। ਕੈਮਰਾਮੈਨ, ਐਂ ਕਰੂ ਜੀ, ਹਾਂ ਸਰਪੰਚ ਸਾਹਿਬ ਤਾਂ ਲੰਘ ਗਏ, ਪਹਿਲਾਂ ਆਪਾਂ ਇਹ ਕਰਦੇ ਸਕੂਟਰੀ ਚੱਕ ਲੈਂਦੇ। ਸਕੂਟਰੀ ਵੀ ਮਿਲੇ ਜਾਂਦੀ ਆ, ਆਪਣਾ ਬਣਦਾ ਕੰਮ ਆਪਾਂ ਸਾਰ ਲੈਂਦੇ। ਉਹ ਭਰਾਵਾ, ਆਪਾਂ ਨੂੰ ਤਾਂ ਤਨਖਾਹਾਂ ਵੀ ਨਹੀਂ ਦਿੰਦੇ ਹੈਗੇ ਕੰਪਨੀ ਵਾਲੇ। ਹੋਰ ਕਿਆ ਕਿ ਨਹੀਂ, ਹੋਰ ਆਪਾਂ ਇਹ ਕਰਦੇ ਕੁਛ ਕਰਨਾ ਪੈਣਾ, ਮੈਂ ਕਹਿੰਦਾ ਆਪਾਂ ਮਿਡਲ ਕਲਾਸ ਫਿਰ ਐਂ ਹੀ ਰਹਿ ਜੂੰਗੇ, ਮਿਡਲ ਕਲਾਸ ਹੀ ਬਣ ਕੇ ਰਹਿ ਜੂੰਗੇ। ਭਰਾਵਾ ਪੱਕੀ ਗੱਲ ਆ, ਹੜਾਂ ਕਰਕੇ ਤਾਂ ਆਪਣਾ ਨੁਕਸਾਨ ਬਹੁਤ ਹੋਇਆ। ਨੁਕਸਾਨ ਹੋਇਆ, ਕੰਮ ਕਰਦੇ ਹਾਂ ਆਪਾਂ, ਕਰਦੇ ਹਾਂ ਕੋਈ ਨਾ ਕੋਈ ਜਗ੍ਹਾ, ਚੱਲ ਚੱਲੀਏ। ਚੱਲ ਹੋਏ, ਜਿਹੜੇ ਦੁਬਈ ਦੇ ਵਿੱਚ ਛਿਪ ਜਹਾਜ਼ ਖੜ੍ਹੇ ਹੈ, ਹੈ ਤੇਲ ਮੁੱਕਿਆ ਵਾ ਉਹਨਾਂ ਦੇ ਵਿੱਚ, ਦੂਆ ਜਿਹੜਾ ਹੁੰਦਾ ਇੰਜਣ ਆਇਲ, ਉਹ 7-8 ਕਰੋੜ ਰੁਪਏ ਦਾ ਤੇਲ ਆਉਣਾ ਹੈ, ਉਹ ਪਵਾ ਦਿਓ ਉਹਦੇ 'ਚ। ਲੈ ਹੋਰ ਕਿਹਾ, ਟਾਇਰ ਪਵਾ ਦਿਓ ਨਾਲੇ ਛਿਪ ਜਹਾਜ਼ ਦੇ। ਹਾਂ ਹਾਂ, ਨਵੀਂ ਗੁੱਡੀ ਪਵਾਇਓ, MRF ਦੇ ਟਾਇਰ ਪਵਾਇਓ ਮਹਿੰਗੇ ਵਾਲੇ, ਜਿਹੜਾ ਹੱਥ ਵੀ ਘੱਟੋ ਘੱਟ 70-80 ਕਰੋੜ ਨੂੰ ਲੱਗੇ। ਹਾਂ, ਪੇਂਟ ਪੂੰਟ ਕਰਾ ਦਿਓ 10-12 ਕਰੋੜ ਰੁਪਏ ਦਾ। ਲੈ ਹੋਰ ਕਰਾ ਦਿਓ, ਟੈਨਸ਼ਨ ਹੀ ਨਹੀਂ ਯਾਰ, ਪੈਸੇ ਪੂਸੇ ਵਾਲੀ ਫਿਕਰ ਨਹੀਂ ਕਰਨੀ ਹੈਗੀ, ਆਪਾਂ ਹੁਣ 100 ਸਿਪ ਹੋਰ ਪਾਉਣਾ। ਹੋਰ ਗੱਪ ਤੈਨੂੰ ਊਈਂ ਲੱਗਦਾ, 70-80 ਊਈਂ ਨਹੀਂ ਪੈਂਦੇ ਹੈਗੇ। ਲੈ ਸੋਰ ਯਾਰ, ਚੋਰ। ਦੇਖੋ ਸਰਪੰਚ ਸਾਹਿਬ, ਕਿੰਨੀ ਆਸਾਨੀ ਦੇ ਨਾਲ ਮੈਂ ਤੁਹਾਡਾ ਫੋਨ ਖੋ ਕੇ ਭੱਜ ਗਿਆ। ਹਾਂ ਕਹਿ ਨਹੀਂ, ਹੁਣ ਜਦੋਂ ਵੀ ਤੁਸੀਂ ਨੇ ਰੋਡ 'ਤੇ ਜਾਣਾ ਹੈ, ਤੁਸੀਂ ਨੇ ਆਪਣਾ ਫੋਨ ਜੇਬ ਦੇ 'ਚ ਪਾ ਕੇ ਚੱਲਣਾ। ਠੀਕ ਹੈ ਜੀ। ਹੁਣ ਜੇ ਮੇਰਾ ਫੋਨ ਨਹੀਂ ਚੋਰੀ ਹੋਇਆ, ਜੇ ਮੇਰੇ ਦਿਲ 'ਚ ਕੋਈ ਬੇਈਮਾਨੀ ਹੁੰਦੀ, ਮੈਂ ਤੁਹਾਡਾ ਫੋਨ ਖੋ ਕੇ ਭੱਜ ਜਾਂਦਾ, ਇੱਥੇ ਕਦੇ ਵੀ ਨਾ ਰੁਕਦਾ। ਕਹਿ ਨਹੀਂ, ਹੁੰਦਾ ਹੈ, ਇਸੇ ਕਰਕੇ ਤੁਹਾਨੂੰ ਕਹਿੰਦੇ ਆ ਸਾਵਧਾਨ ਰਹੋ ਅਤੇ ਚੁਕੰਨੇ ਰਹੋ। ਲੈ ਹੋਰ ਕਹਿ ਨਹੀਂ, ਇਹ ਸੱਚੇ ਪਾਤਸ਼ਾਹ ਅੱਜ ਬਾਬਾ ਜੀ ਲਾਜ ਰੱਖ ਲਈ ਤੁਸੀਂ, ਮੇਰਾ 10 ਕਰੋੜ ਦਾ ਫੋਨ ਬਚਾ ਲਿਆ, ਜਿਹਦੇ ਪਿੱਛੇ ਸੋਨੇ ਦਾ ਮੈਂ ਐਪਲ ਦਾ ਲੋਗੋ ਬਣਵਾਇਆ ਹੋਇਆ ਸੀ। ਬਾਬਾ ਜੀ ਇੱਦਾਂ ਹੀ ਕਿਰਪਾ ਬਣਾਈ ਰੱਖਿਓ, ਲਿਆਓ ਜੀ ਮੇਰਾ ਫੋਨ। ਆ ਜਾ, ਲੈ ਲੈ ਆਪਣਾ ਸਾਲਿਆ 10 ਕਰੋੜ ਦਾ ਫੋਨ, ਨਾਲੇ ਸਕੂਟਰੀ ਦੱਬ ਲਈ। ਹਾਂ ਚਲ, ਹੈਲਪ ਵੀ ਚੱਲਦੀ ਆ, ਤੈਨੂੰ ਮਾਰਨੀ ਨਹੀਂ ਆਈ ਕੰਜਰਾ। Thank you.